ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੇ ਸੰਕੇਤ ਦਿੱਤੇ ਨੇ। ਬੀਤੇ ਦਿਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਬੈਠਕ ਕੀਤੀ ਸੀ, ਜਿਸ ਤੋਂ ਬਾਅਦ ਬ੍ਰਹਮਪੁਰਾ ਮੀਡੀਆ ਸਾਹਮਣੇ ਆਏ। ਉਨ੍ਹਾਂ ਕਿਹਾ ਹੈ ਕਿ ਸਾਰੀ ਗੱਲਬਾਤ ਬੇਹੱਦ ਉਸਾਰੂ ਰਹੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਗੱਠਜੋੜ ਬਾਬਤ ਕੋਈ ਐਲਾਨ ਕੀਤਾ ਜਾ ਸਕਦਾ ਹੈ, ਜਿਸ ਦੌਰਾਨ ਬ੍ਰਹਮਪੁਰਾ ਨੇ ਸਪਸ਼ਟ ਕੀਤਾ ਕਿ ਪੰਜਾਬ ਡੈਮੋਕ੍ਰੇਟਿਡ ਅਲਾਇੰਸ ਨਾਲੋਂ ਉਹ ਇਸ ਲਈ ਅਲਹਿਦਾ ਹੋਏ ਸਨ ਕਿਉਂਕਿ ਉਹ ਲੋਕ ਸਭਾ ਚੋਣ ਲਈ ਅਨੰਦਪੁਰ ਸਾਹਿਬ ਦੀ ਸੀਟ ਤੋਂ ਆਪਣਾ ਉਮੀਦਵਾਰ ਖੜਾ ਕਰਨਾ ਚਾਹੁੰਦੇ ਸਨ, ਜਦਕਿ ਬਹੁਜਨ ਸਮਾਜ ਪਾਰਟੀ ਵਾਲੇ ਆਪਣਾ ਉਮੀਦਵਾਰ ਲਈ ਅਨੰਦਪੁਰ ਸਾਹਿਬ ਦੀ ਸੀਟ ਮੰਗ ਰਹੇ ਸਨ, ਜਿਸ ਕਾਰਨ ਮੁਖਾਲਫਤ ਵਧੀ ਅਤੇ ਉਹਨਾਂ ਪੀਡੀਏ ਨਾਲੋਂ ਕਿਨਾਰਾ ਕਰ ਲਿਆ। ਦੇਖੋ ਜੀ, ਕੱਲ੍ਹ ਭਗਵੰਤ ਮਾਨ ਜੀ ਇੱਥੇ ਘਰ ਆਏ ਸੀਗੇ, ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਸੀ, ਸਾਡੇ ਨਾਲ ਵੀ ਸਾਡੇ ਸਾਥੀ ਸੀ। ਤਕਰੀਬਨ 1.5-2 ਘੰਟੇ ਗੱਲਬਾਤ ਚੱਲੀ ਆ, ਗੱਲ ਬੜੀ ਪੋਜ਼ਿਟਿਵ ਰਹੀ ਆ। ਅਸੀਂ 2-3 ਦਿਨ ਤੱਕ ਫਿਰ ਮਿਲਾਂਗੇ ਔਰ ਸਾਨੂੰ ਲੱਗਦਾ ਵੀ ਜਿਹੜਾ 2-3 ਦਿਨਾਂ ਤੱਕ ਮਿਲਾਂਗੇ ਉਹਦੇ ਵਿੱਚ ਕੋਈ ਨਾ ਕੋਈ ਸਾਡਾ ਪੱਕਾ ਫੈਸਲਾ ਹੋ ਜਾਊ। ਨਹੀਂ ਜੀ, ਰਸਤੇ ਤਾਂ ਉਹਨਾਂ ਨੇ ਬੰਦ ਕਰ ਦਿੱਤੇ, ਅਸੀਂ ਰਸਤੇ ਬੰਦ ਤਾਂ ਨਹੀਂ ਕੀਤੇ। ਅਸੀਂ ਤਾਂ ਚਾਹੁੰਦੇ ਸਾਂ, ਅਸੀਂ ਤਾਂ ਬਲਕਿ ਚਾਹੁੰਦੇ ਸਾਂ ਵੀ ਸਾਰੇ ਜਣੇ ਇਕੱਠੇ ਹੋ ਕੇ ਇੱਕ ਮਹਾਂਗਠਬੰਧਨ ਜਿਹੜਾ ਬਣਾਇਆ ਜਾਵੇ, ਲੇਕਿਨ ਉਹਨਾਂ ਦੀਆਂ ਆਪੋ ਵਿਧੀ ਰਣਸੀਆਂ ਕਰਕੇ ਉਹ ਇਕੱਠੇ ਨਹੀਂ ਹੋ ਸਕਦੇ। ਇਸ ਕਰਕੇ ਇਹ ਜਿਹੜਾ ਕੰਮ ਜਿਹੜਾ ਸਾਰਾ ਨਹੀਂ ਹੋ ਸਕਿਆ। ਅਤੇ ਹੁਣ ਜਿਹੜਾ ਉਹਨਾਂ ਦੇ ਨਾਲ ਵੀ ਸਾਡੀ ਇਸ ਗੱਲ 'ਤੇ ਟੁੱਟ ਗਈ ਵੀ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਮੰਗਦੇ ਸਾਂ ਕਿਉਂਕਿ ਖਾਲਸਾ ਪੰਥ ਦਾ ਉੱਥੇ ਜਨਮ ਹੋਇਆ, ਇਸ ਕਰਕੇ ਅਸੀਂ ਸਾਡਾ ਹੱਕ ਬਣਦਾ ਹੈ। ਔਰ ਉਹ ਉੱਥੇ ਸੀਟ 'ਤੇ BSP ਕਦੀ ਲੜੀ ਨਹੀਂ, ਕਦੀ ਜਿੱਤੀ ਨਹੀਂ, ਔਰ ਉਹਦੇ 'ਤੇ ਜਾਂ ਅਕਾਲੀ ਜਿੱਤਦੇ ਰਹੇ ਜਾਂ ਕਾਂਗਰਸੀ ਜਿੱਤਦੇ ਰਹੇ, ਉਹਨਾਂ ਦਾ ਹੱਕ ਉਹ ਨਹੀਂ ਸੀਗਾ ਬਣਦਾ। ਪਰ ਉਹਨਾਂ ਨੇ ਸਾਨੂੰ ਇਗਨੋਰ ਕੀਤਾ ਔਰ ਖਾਮ ਖਾ ਕਈ ਵੱਧ ਘੱਟ ਉਹਨਾਂ ਗੱਲਾਂ ਕੀਤੀਆਂ, ਅਸੀਂ ਉਹਦਾ ਜਵਾਬ ਦੇਣਾ ਨਹੀਂ ਚਾਹੁੰਦੇ। ਇਸ ਕਰਕੇ ਹੁਣ ਉਹਨਾਂ ਦੇ ਨਾਲ PD ਵਾਲਿਆਂ ਨਾਲ ਸਾਡੀ ਗੱਲਬਾਤ ਨਹੀਂ।